मैनुफैक्चरर और जिहड़े साडे आर्किटेक्ट्स और डिजाइनर्स और सिविल इंजीनियर्स इन्हां दी इंटरैक्शन होनी बहुत जरूरी होंदी है, जिहड़ा कि ये बेस्ट प्लेटफॉर्म है नॉर्थ इंडिया का जिथे कि इन्हां सब दी इंटरैक्शन होंदी है। इंटेक्स एक्सपो लुधियाने होंदी और लुधियाने ही हो रही है सर। स्वागत है ब्रजेश मेरा। अज महानगर लुधियाना के पंजाब एग्रीकल्चर यूनिवर्सिटी इंटीरियर एक्सटीरियर की एक एग्जीबिशन का आगाज हो चुका जिहड़ा आगाज 10 साल पहले भी होया सी, 10 साल तो लगातार चल रहा क्योंकि 2 साल गैप पै गया सी कोविड करके, लेकिन ये आगाज प्रदर्शनी जिहड़ी इंडिया की लीडिंग जिहनूं प्रदर्शनी कह सकते हैं, जे किसी ने घर का सुपना अपना साकार करना तो इस एग्जीबिशन से जरूर आवे। इतने बहुत सारिया लेटेस्ट टेक्नोलॉजी जिहड़ियां हैं इस वेले स्टॉल लगे हुए हैं और इस स्टॉल नूं इस प्रदर्शनी नूं लाने वास्ते जिन्हां दा पिछे पूरा हथ है और जिन्हां दी पूरी तजर्बा है वह हैं जी एस ढिल्लों साहब, उड़ान मीडिया कम्यूनीकेशन गल करेंगे। जी एस ढिल्लों साहब, ढिल्लों साहब स्वागत है। थैंक यू जी। दसवीं तुहाडी एक्चुअली इत्थे इंटीरियर एग्जीबिशन दी आ, किस तरह देखते हो तुसीं पहला दीयां नौ जिहड़ियां तुसीं कितने तो गैप आ गया कोई गल नहीं है कोविड करके, इस वेले बहुत सारे ब्रांड तुहाडे कोल आए हैं, ਕਿਹੜੇ ਕਿਹੜੇ ਲੀਡਿੰਗ ਬ੍ਰਾਂਡ ਆਏ ਨੇ ਅਤੇ ਕੀ ਲੋਕਾਂ ਨੂੰ ਦੱਸਣਾ ਚਾਹੁੰਗੇ ਉਹ ਵਿਜ਼ਿਟ ਕਰਨ ਅਤੇ ਉਹਨਾਂ ਦਾ ਜਿਹੜਾ ਘਰ ਦਾ ਜਿਹੜਾ ਸੁਪਨਾ ਹੈ ਬਿਲਡਿੰਗ ਬਣਾਉਣ ਦਾ ਸੁਪਨਾ ਸਾਕਾਰ ਹੋ। 10th ਐਡੀਸ਼ਨ ਆਫ ਇੰਡੈਕਸ ਐਕਸਪੋ ਇੰਟੀਰੀਅਰ ਐਕਸਟੀਰੀਅਰ ਔਰ ਬਿਲਡਿੰਗ ਮਟੀਰੀਅਲ ਦੀ ਐਗਜੀਬਿਸ਼ਨ ਹੈ। 8 ਤੋਂ 11 ਅਪ੍ਰੈਲ 2022 ਫਰਾਈਡੇ ਟੂ ਮੰਡੇ 4 ਦਿਨ ਦਾ ਇਹ ਇਵੈਂਟ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ। ਇਹਦੇ ਵਿੱਚ 200 ਕੰਪਨੀਜ਼ ਪਾਰਟੀਸਪੇਟ ਕਰ ਰਹੀਆਂ ਨੇ, ਬਹੁਤ ਲੀਡਿੰਗ ਬ੍ਰਾਂਡਸ ਇਹਦੇ ਵਿੱਚ ਪਾਰਟੀਸਪੇਟ ਕਰ ਰਹੇ ਨੇ ਔਰ 2000 ਦੇ ਕਰੀਬ ਪ੍ਰੋਡਕਟਸ ਡਿਸਪਲੇ 'ਤੇ ਨੇ ਜਿਹੜੇ ਬਿਲਡਿੰਗ ਮਟੀਰੀਅਲ ਔਰ ਇੰਟੀਰੀਅਰ ਸੀ ਨਾਲ ਰਿਲੇਟਡ ਨੇ। ਤਾਂ ਦੋ ਸਾਲ ਦੇ ਵਿੱਚ ਜੋ ਟੈਕਨੋਲੋਜੀ ਦੇ ਵਿੱਚ ਚੇਂਜਸ ਆਈਆਂ, ਟੈਕਨੋਲੋਜੀ ਅੱਜ ਕੱਲ੍ਹ ਬਹੁਤ ਫਾਸਟ ਚੇਂਜ ਹੋ ਰਹੀ ਹੈ, ਚਾਹੇ ਉਹ ਇੰਜੀਨੀਅਰਿੰਗ ਟੈਕਨੋਲੋਜੀ ਹੋਵੇ ਜਾਂ ਹੈ ਨਾ ਆਰਕੀਟੈਕਚਰ ਹੋਵੇ, ਸਾਰੀਆਂ ਟੈਕਨੋਲੋਜੀ ਬਹੁਤ ਫਾਸਟ ਚੇਂਜ ਹੋ ਰਹੀਆਂ। ਇੱਥੇ ਸਾਡੇ ਕੋਲ ਲੇਟੈਸਟ ਪ੍ਰੋਡਕਟਸ ਡਿਸਪਲੇ 'ਤੇ ਨੇ, ਉਹਦੇ 'ਚ ਤੁਸੀਂ ਬਾਥ ਐਕਸੈਸਰੀਜ਼ ਹੈ, ਟਾਇਲਸ ਨੇ, ਹੋਰ ਕਿਚਨ ਵੇਅਰਸ ਹੈ, ਕਿਉਂਕਿ ਬਹੁਤ ਕੁਛ ਹੈ ਬਿਲਡਿੰਗ ਦੇ ਨਾਲ ਰਿਲੇਟਡ, ਹਰ ਚੀਜ਼ ਅਵੇਲੇਬਲ ਹੈ। ਤਾਂ ਮੈਂ ਕਹੂੰਗਾ ਸਭ ਨੂੰ ਕਿ 8 ਤੋਂ 11 ਅਪ੍ਰੈਲ ਆ ਕੇ PAU ਦੇ ਵਿੱਚ ਆ ਕੇ ਦੇਖਣ ਪੰਜਾਬ ਐਗਰੀਕਲਚਰ ਯੂਨੀਵਰਸਿਟੀ। ਔਰ ਸਭ ਨੇ ਇੰਟੈਕਸ ਐਕਸਪੋ ਪਹਿਲਾਂ ਵੀ ਦੇਖਿਆ ਹੋਇਆ ਔਰ ਉਸ ਤੋਂ ਇਹ ਕਈ ਗੁਣਾ ਅੱਗੇ ਇਸ ਵਾਰੀ ਸਾਈਜ਼ ਔਰ ਟੈਕਨੋਲੋਜੀ ਦੇ ਰਿਲੇਟਡ ਬਹੁਤ ਅੱਗੇ। ਇਹਦਾ ਤੁਹਾਨੂੰ ਇੰਨਾ ਭਰਮਾ ਹੰਗਾਰਾ ਕਿੱਦਾਂ ਮਿਲਿਆ, ਕੀ ਇਹਦਾ ਸਫਲਤਾ ਦਾ ਰਾਜ਼? ਦੇਖੋ ਇਸ ਤਰ੍ਹਾਂ ਹੁੰਦਾ ਕਿ ਮੈਨੂਫੈਕਚਰਰ ਔਰ ਜਿਹੜੇ ਸਾਡੇ ਆਰਕੀਟੈਕਟਸ ਔਰ ਡਿਜ਼ਾਈਨਰਸ ਔਰ ਸਿਵਲ ਇੰਜੀਨੀਅਰਸ ਇਹਨਾਂ ਦੀ ਇੰਟਰੈਕਸ਼ਨ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ, ਜਿਹੜਾ ਕਿ ਇਹ ਬੈਸਟ ਪਲੇਟਫਾਰਮ ਹੈ ਨੌਰਥ ਇੰਡੀਆ ਦਾ ਜਿੱਥੇ ਕਿ ਇਹਨਾਂ ਸਭ ਦੀ ਇੰਟਰੈਕਸ਼ਨ ਹੁੰਦੀ ਹੈ। ਤਾਂ ਇਸ ਕਰਕੇ ਇਹਦਾ ਹੁੰਗਾਰਾ ਬਹੁਤ ਮਿਲ ਰਿਹਾ ਔਰ ਦੂਸਰਾ ਹੈ ਕਿ ਸਾਡੇ ਜਿਹੜੇ ਐਂਡ ਯੂਜ਼ਰਸ ਨੇ ਉਹਨਾਂ ਨੂੰ ਵੀ ਇਹ ਮੌਕਾ ਮਿਲਦਾ ਕਿ ਉਹ ਆ ਕੇ ਕੰਪਨੀਆਂ ਨਾਲ ਸਿੱਧਾ ਇੰਟਰੈਕਟ ਕਰ ਸਕਦੇ ਹੈ, ਉਹ ਨਵੇਂ ਪ੍ਰੋਡਕਟਸ ਬਾਰੇ ਆ ਕੇ ਦੇਖ ਸਕਦੇ, ਕਿਉਂਕਿ ਉੱਥੇ ਹਰ ਕੰਪਨੀ ਨੇ ਲਾਰਜ ਸਕੇਲ ਦੇ ਉੱਤੇ ਡਿਸਪਲੇ ਲਗਾਇਆ ਹੁੰਦਾ ਔਰ ਉਹਦੇ ਜਿੰਨੇ ਵੀ ਪ੍ਰੋਡਕਟ ਨੇ ਸਾਰੇ ਉਹ ਇੱਕ ਜਗ੍ਹਾ 'ਤੇ ਦੇਖ ਸਕਦੇ ਆ। ਜੇ ਆਪਾਂ ਗੱਲ ਕਰੀਏ ਉਡਾਨ ਦੀ, ਤਾਂ ਉਡਾਨ ਨੇ ਹੋਰ ਵੀ ਪੰਜਾਬ 'ਚ ਜਾਂ ਪੰਜਾਬ ਤੋਂ ਬਾਹਰ ਵੀ ਕੋਈ ਹੋਰ ਵੀ ਐਗਜੀਬਿਸ਼ਨ ਇਸ ਰਿਲੇਟਡ ਕਰ ਰਹੇ ਹੋ ਤੁਸੀਂ? ਇੰਟੈਕਸ ਐਕਸਪੋ ਲੁਧਿਆਣੇ ਹੁੰਦੀ ਹੈ ਔਰ ਲੁਧਿਆਣੇ ਹੀ ਹੋ ਰਹੀ ਹੈ ਸਰ, ਇਸ ਰਿਲੇਟਡ ਨਹੀਂ, ਪਰ ਅਸੀਂ ਹਾਂ ਬਾਕੀ ਐਗਜੀਬਿਸ਼ਨ ਸਾਡੀ 15 ਅਪ੍ਰੈਲ ਤੋਂ ਦਿੱਲੀ ਹੈ, ਰਾਈਡ ਏਸ਼ੀਆ, ਤਾਂ ਉਹ ਵੀ ਕਰ ਰਹੇ ਹਾਂ, ਉਹਦੇ ਲਈ ਵੀ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਜ਼ਰੂਰ ਆਓ ਔਰ ਦੇਖੋ। ਬਾਈਸਾਈਕਲ ਐਂਡ ਇਲੈਕਟ੍ਰਿਕ ਵਹੀਕਲਸ ਐਂਡ ਟੋਇਸ।